ਕਾਂਗਰਸ ਪਾਰਟੀ ਦੇ ਵਿੱਚ ਆਪਣਿਆਂ ਨੂੰ ਮਨਾਉਣ ਦੀ ਕਵਾਇਦ ਲਗਾਤਾਰ ਜਾਰੀ ਹੈ। ਦੱਸਦੇ ਕਿ ਲੋਕ ਸਭਾ ਚੋਣ ਦੇ ਲਈ ਜਲੰਧਰ ਹਲਕੇ ਤੋਂ ਕਾਂਗਰਸ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਨਾਰਾਜ਼ ਚੱਲ ਰਹੇ ਪਾਰਟੀ ਦੇ ਆਗੂ ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਦੇ ਲਈ ਖੁਦ ਮੁੱਖ ਮੰਤਰੀ ਉਹਨਾਂ ਦੇ ਘਰ ਗਏ। ਜਲੰਧਰ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਕਈ ਰਾਜਨੀਤਿਕ ਆਗੂ ਵੀ ਮੌਜੂਦ ਸਨ ਅਤੇ ਕੇਪੀ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਨਾਰਾਜ਼ਗੀ ਦੂਰ ਕੀਤੀ। ਮੁੱਖ ਮੰਤਰੀ ਸਾਹਿਬ ਆ ਰਹੇ ਆ ਔਰ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੂੰ ਇਸ ਗੱਲ ਦਾ ਫਿਕਰ ਆ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤਣੀਆਂ, ਮਿਸ਼ਨ 13 ਆ ਔਰ ਮੈਂ ਆਪਣਾ ਪੂਰਾ ਸਹਿਯੋਗ ਪਾਰਟੀ ਨੂੰ ਦਿਆਂਗਾ ਔਰ ਉਹਦੇ ਵਿੱਚ 13 ਦੀਆਂ 13 ਸੀਟਾਂ ਲਈ ਅਸੀਂ ਕੰਪੇਨ ਕਰਕੇ ਪੰਜਾਬ ਦਾ ਜਿਹੜਾ ਮਿਸ਼ਨ 13 ਦਾ ਸੁਪਨਾ ਹੈ ਉਹਨੂੰ ਅਸੀਂ ਸਾਕਾਰ ਕਰਾਂਗੇ। ਮਤਲਬ ਤੁਸੀਂ ਅੱਜ ਤੋਂ ਜਿਹੜਾ ਹੈ ਸੰਤੋਖ ਸਿੰਘ ਚੌਧਰੀ ਦਾ ਸਾਥ? ਮੈਂ ਸਾਰੀ ਪਾਰਟੀ ਦਾ ਸਾਥ ਦਊਂਗਾ, 13 ਦੀਆਂ 13 ਸੀਟਾਂ 'ਤੇ ਕੰਮ ਕਰਾਂਗਾ। ਜਿਹੜੇ ਪਿਛਲੇ ਦਿਨ ਨਾਰਾਜ਼ਗੀ ਸੀ ਉਹ ਦੂਰ ਹੋ ਗਈ? ਦੇਖੋ ਪਾਰਟੀ ਦੇ ਅੰਦਰ ਜੋ ਸੀ ਗੱਲਬਾਤ ਉਹ ਪਾਰਟੀ ਨੇ ਪਾਰਟੀ ਨੂੰ ਦੱਸ ਦਿੱਤੀ ਹੈ। ਹੁਣ ਪਾਰਟੀ ਨੇ ਕਿਹਾ ਕਿ ਤੁਸੀਂ ਪਾਰਟੀ ਲਈ ਕੰਮ ਕਰੋ ਅਤੇ ਕੰਮ ਕਰਨ ਲਈ ਤਿਆਰ। ਉੱਧਰ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੀ ਰੁੱਸੇ ਹੋਏ ਧੀ ਮਾਂ ਨੂੰ ਮਨਾਉਣ ਉਹਨਾਂ ਦੇ ਘਰ ਪਹੁੰਚ ਗਏ ਅਤੇ ਕਾਫੀ ਸਮਾਂ ਗੱਲਬਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਜਦੋਂ ਢਿੱਲੋਂ ਵਾਪਸ ਆਏ ਤਾਂ ਨਾ ਤਾਂ ਉਹਨਾਂ ਦੇ ਨਾਲ ਧੀ ਮਾਂ ਸਨ ਨਾ ਹੀ ਉਹਨਾਂ ਦੇ ਪਿਤਾ। ਉੱਧਰ ਜਦੋਂ ਮੀਡੀਆ ਵੱਲੋਂ ਧੀ ਮਾਂ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਭਰਾ ਨੇ ਅਤੇ ਧੀ ਮਾਂ ਹਰ ਸਮੇਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਖੜੇ ਨੇ, ਚਾਹੇ ਤੁਸੀਂ ਜਿੱਥੇ ਮਰਜ਼ੀ ਬੁਲਾ ਲਵੋ। ਮੇਰੇ ਭਰਾ ਨੇ ਜੀ, ਸਾਡੀ ਪਿਛਲੇ 40 ਸਾਲ ਤੋਂ ਦੋਸਤੀ ਹੈ, ਹਮੇਸ਼ਾ ਇਕੱਠੇ ਰਹੇ ਹਾਂ। ਮੇਰੇ ਕੁਲੀਗ ਵੀ, ਅਸੀਂ MLA ਵੀ ਇਕੱਠੇ ਰਹੇ ਹਾਂ, ਅੱਜ ਵੀ ਧਵਾਨ ਸਾਹਿਬ ਕੋਲ ਚਾਹ ਪੀਣ ਆਏ ਹਾਂ। ਸਾਡਾ ਪਰਿਵਾਰ ਆ, ਅਸੀਂ ਸਾਰਿਆਂ ਲਈ ਇਲੈਕਸ਼ਨ ਦੇ ਵਿੱਚ ਸਾਰੇ ਇਕੱਠੇ ਹੋ ਕੇ ਚੱਲਦੇ ਹਾਂ, ਤੁਹਾਨੂੰ ਪਤਾ ਸਾਡੀ ਪਾਰਟੀ ਕਿਉਂ ਨਹੀਂ ਆਉਣਗੇ। ਮੇਰੇ ਭਰਾ ਨੇ ਜੀ, ਧਵਾਨ ਸਾਹਿਬ ਹੁਣੇ ਕਹਿੰਦੇ ਜਿੱਥੇ ਮਰਜ਼ੀ ਮੱਲਿਆ ਚਲੋ, ਜਿਵੇਂ ਕਹਿੰਦੇ ਚਾਹੇ ਪੇ ਚਰਚਾ।